ਇਜ਼ਰਾਈਲ ਔਰ ਹਮਾਸ ਦੇ ਵਿੱਚ ਜਿਹੜੀ ਉੱਥੇ ਜੰਗ ਜਾਰੀ ਹੈ ਇਸ ਦੇ ਵਿੱਚ ਜਿਹੜੀਆਂ ਨੰਬਰ ਆਫ ਕੈਜੁਅਲਟੀਜ਼ ਨੇ ਉਹ ਲਗਾਤਾਰ ਵਧਦੀਆਂ ਚਲੀਆਂ ਜਾ ਰਹੀਆਂ ਨੇ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਟੋਟਲ ਜਿਹੜਾ ਅੰਕੜਾ ਹੈਗਾ ਨੰਬਰ ਆਫ ਡੈਥਸ ਦਾ ਜਿਹੜੀ ਪੈਲਸਟੀਨੀਅਨ ਹੈਲਥ ਏਜੰਸੀ ਉਹਦੇ ਦੁਆਰਾ ਅਸੀਂ ਦੱਸ ਰਹੇ ਹਾਂ 25,105 ਹੈ ਟੋਟਲ ਜਿਹੜੇ ਇਜ਼ਰਾਈਲੀਜ਼ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਇਸ ਸਾਰੇ ਅਕਟੂਬਰ 7 ਤੋਂ ਬਾਅਦ ਜੋ ਇਸ ਵੇਲੇ ਜੰਗ ਜਾਰੀ ਉਹਦਾ ਅੰਕੜਾ 1200 ਜਿਹੜਾ ਉਹ ਕਰਾਸ ਕਰ ਗਿਆ ਹੁਣ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਇਸ ਦਰਮਿਆਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਉਹ ਕੋਸ਼ਿਸ਼ਾਂ ਕਰ ਰਹੀਆਂ ਔਰ ਹੁਣ ਇੱਕ ਵੱਡੀ ਜਿਹੜੀ ਮੀਟਿੰਗ ਹੈ ਉਹ ਵੀ ਹੋ ਰਹੀ ਹੈਗੀ ਹੈ ਜਿਹਦੇ ਵਿੱਚ ਕਿ ਇਹਦਾ ਸਲਿਊਸ਼ਨ ਕੀ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਦ ਰਹੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈਗਾ ਹੈ ਕਿ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਅਸੀਂ ਪੈਲਸਟਾਈਨ ਨੂੰ ਰੈਕਗਨਾਈਜ਼ ਕਰ ਲਾਂਗੇ ਟੂ ਸਟੇਟ ਸਲਿਊਸ਼ਨ ਨੂੰ ਮੰਨਾਂਗੇ ਤਾਂ ਉਹਨਾਂ ਕਿਹਾ ਹੈ ਕਿ ਇਹ ਪੋਸੀਬਲ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਹਮਾਸ ਜਿਹੜਾ ਹੈਗਾ ਉਹ ਸ਼ਾਂਤੀ ਨਹੀਂ ਚਾਹੁੰਦਾ ਔਰ ਗਲਤ ਬਿਆਨਬਾਜ਼ੀ ਜਿਹੜਾ ਉਹ ਕਰ ਰਿਹਾ ਜਿਹਦੇ ਕਾਰਨ ਕਿ ਇਹ ਮਾਮਲਾ ਜਿਹੜਾ ਅੱਗੇ ਵੱਧ ਰਿਹਾ